ਏ ਆਕਾਸ਼ ਵਣੀ ਜੰਮੂ ਹੈ ਹੰਤੋ ਜਗਮਨ ਸ਼ਰਮਾ ਕੋਲਾ ਖਬਰਾਂ ਸੁਨੋ ਪਹਿਲੇ ਖਾਸ ਖਬਰਾਂ ਭਾਰਤ ਚ ਕਰੋਨਾ ਦੇ ਸਕਰੀਏ ਮਾਮਲੇ ਚ ਕਮੀ ਦਰਜ ਕੀਤੀ ਜਾ ਰਹੀ ਹੈ ਮੁਲਕਾ ਚ ਕਰੋਨਾ ਤੋਂ ਬਚਾ ਲੇ ਅਜਿੰ ਤੋਂੜੀ 17 ਕਰੋੜ 59 ਲੱਖ ਕੋਲਾ ਮਤੇ ਟੀਕੇ ਲਾਏ ਜਾ ਚੁਕੇ ਨੇ ਸਰਕਾਰੀ ਮੈਡੀਕਲ ਕਾਲਜ ਕਟੂਆ ਚ ਨਵੇਂ ਬਣਾਏ ਗਏ ਤੇ ਆਕਸੀਜਨ ਸੈਂਟਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਜੰਮੂ ਕਸ਼ਮੀਰ ਚ ਕਰੋਨਾ ਦੇ ਮਜੂਦਾ ਲਾਤੀ ਸਮੀਖਿਆ ਲਈ ਆਜ ਇੱਕ ਉੱਚੇ ਸਤਾ ਦੀ ਬੈਠਕ ਲਵਾਈ ਤੇ ਸੈਨਾ ਪ੍ਰਮੁਖ ਜਨਰਲ ਐਮ ਐਮ ਨਰਵਨਿਓਰੇ ਜੰਮੂ ਕਸ਼ਮੀਰ ਚ ਮਜੂਦਾ ਸੁਰੱਖਿਆ ਅਲਾਤਾ ਜਾਇਜ਼ਾ ਲਤਾ ਓਨ ਖਬਰ ਦੀ ਤਫਸੀਲ ਭਾਰਤ 'ਚ ਅਜਿੰਤੋੜੀ ਕਰੋਨਾ ਸੋਹਾਂ ਬਚਾ ਲੇ 17 ਕਰੋੜ 59 ਲੱਖ ਕੋਲਾ ਮਤੇ ਟੀਕੇ ਲਾਇਆ ਜਾ ਚੁਕੇ ਨ ਸਿਹਤ ਮੰਤਰਾਲੇ ਮੁਜਬ ਪਿਛਲੇ 24 ਕੈਂਟ ਦੇ ਦੌਰਾਨ 24 ਲੱਖ 44 ਹਜ਼ਾਰ ਕੋਲਾ ਮਤੇ ਲੋਕਾਂ ਕੀ ਇਹ ਟੀਕਾ ਲਾਇਆ ਗਿਆ ਤੋਈ ਮੁਲਕਾ 'ਚ ਕੋਵਿਡ ਟੀਕਾ ਕਰਨ ਦਾ ਤਰੀਆ ਗੇੜ ਵੀ ਰਫਤਾਰ ਫਗੜਾ ਕਰਦਾ ਹੈ ਜਦੇ ਤੈ ਤਾਂ 18 ਬਰੇ ਕੋਲਾ ਲਈ ਇਹ 44 ਬਰੇ ਤੋੜੀ ਦੇ ਉਮਰੀ ਦੇ ਲੋਕਾਂ ਕੀ ਇਹ ਟੀਕਾ ਲਾਇਆ ਜਾ ਕਰਤਾ ਗਿਆ ਭਾਰਤ 'ਚ ਕਰੋਨਾ ਦੇ ਨਵੇਂ ਮਾਮਲੇ 'ਚ ਦਨਾ ਕਮੀ ਦਿਖਣੇ ਗਿਆ ਵਾਰ ਦੀ ਹੈ ਪਰ ਅਜੇ ਵੀ ਕਿਸ਼ ਰਾਜ 'ਚ ਨਵੇਂ ਮਾਮਲੇ 'ਚ ਉਪਰੋਤਲੀ ਪਾਦਾ ਗਾ ਕੀਤਾ ਜਾਤਾ ਹੈ ਸਿਹਤ ਪਰਿਵਾਰ ਕਲਿਆਣ ਮੰਚਾਲੇ ਨੇ ਅਜ ਤਸਿਆਜ ਮੁਲਕਾ ਚ ਇਲਾ ਇਸ ਲਾਗੇ ਦੇ ਸਕਰੀਏ ਮਾਮਲੇ ਦਾ ਕੁੱਲ 15.86% ਨ ਇਲਾ ਮੁਲਕਾ ਚ ਸਕਰੀਏ ਮਾਮਲੇ ਦੀ ਗਿਣਤੀ 37 ਲੱਖ ਕੋਲਾ ਮਤੀ ਹੈ ਮੁਲਕਾ ਚ ਕਰੋਨਾ ਕਸਰੀ ਦੇ ਨਰੋਏ ਹੋਣੇ ਦੀ ਦਰ ਇਲਾ 83.04% ਹੈ ਤੇ ਅਜੇ ਤੋੜੀ 1 ਕਰੋੜ 93 ਲੱਖ ਕੋਲਾ ਮਤੇ ਕਸਰੀ ਨਰੋਏ ਹੋ ਚੁਕੇ ਦਿਨ ਮੁਲਕ ਪਰ ਅੱਜ ਪਿਛਲੇ 24 ਘੰਟੇ ਦੌਰਾਨ ਕੋਰੋਨਾ ਦੇ 348000 ਕਰਮਤੇ ਮਾਮਲੇ ਸਾਹਮਣੇ ਆਏ ਨੇ ਸਿਹਤ ਮੰਤਰਾਲੇ ਨੇ ਆਖਿਆ ਜਿਸ ਸੇ ਅਵਧੀ ਦੌਰਾਨ 4205 ਲੋਕਾਂ ਦੀ ਮੌਤ ਵੀ ਹੋਈ ਹੈ ਜਿਹਦੇ ਮਗਰ ਅਜਿੰਦ ਕਰਿਸ ਲਾਗੇ ਕਾਰਨ ਆਪਣੀ ਜਾਨ ਮਾਰਨ ਵਾਲੇ ਦੀ ਗਿਣਤੀ 2 ਲੱਖ 54000 થમા બાદ ગઈ કે કોવિડ કરી কাল સબને તમામ બદ્દ મોતાઓ યન મેડિકલ શોદ સરબંધી ભારતીય કાઉન્સિલ ને આખિયા કે 24 કન્ટે દરમિયાન 19 લાખ 83000 થમા બદ્દ નમૂને દી જાનચ કીતી ગઈ હે અજંતાગર 3 કરોડ 75 લાખ નમૂને દી જાનચ ઓઈ ચુકી દી હે प्रधानमंत्री उंदे दफ्तर اچ ਰਾਜ ਮੰਤਰੀ ਡਾਕਟਰ ਜੀਤেন্দ্র ਸਿੰਘ ਹੋਰੇ ਨੂੰ ਕੋਵਿਡ-19 ਮਹਾਮਾਰੀ ਕਾਰਨ ਬਣੇ ਵਿਆਲਾਤ ਪਰ ਚਰਚਾ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਸੀਨੀਅਰ ਅਹਿਲਕਾਰਾਂ ਦੇ ਕੰਨੇ ਇੱਕ ਉੱਚੀ ਸੈਟਿੰਗ ਦੀ ਬੈਠਕ ਲਾਈ ਕੇਂਦਰੀ ਮੰਤਰੀਓ ਨੇ ਵੈਂਟੀਲੇਟਰ ਤੇ ਆਕਸੀਜਨ ਦੀ ਉਪਲਬਧਤਾ ਸਰਬੰਦੀ ਜਾਂਚ ਆਡਿਟ ਕਰਵਾਉਣੇ ਪਰ ਜ਼ੋਰ ਪਾੰਦੇ ਹੋਏ ਕੋਵਿਡ ਦੇ ਪ੍ਰਬੰਧਨ ਸਰਬੰਦੀ ਸਥਿਤੀ ਬਾਰੇ ਜਾਣਕਾਰੀ ਦੇਣ ਵਾਲਾ ਬੁਲੇਟਿਨ ਨਿਯਮਿਤ ਤੌਰ ਪਰ ਜਾਰੀ ਕਰਦੇ ਰੋਣੇ ਲਈ ਆਖਿਆ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਚਾਹੇ ਪਹਿਲ ਕਦਮੀਆਂ ਬਾਰੇ ਲੋਕਾਂ ਦੇ ਮੈਂ ਡੇਂਗੀ ਦੀਆਂ ਜਾਣਕਾਰੀਆਂ ਉਪਲਬਧ ਕਰਵਾਉਣੇ ਲਈ ਵੀ ਉਹਨੇ ਆਖਿਆ ਡਾਕਟਰ ਸਿੰਘ ਹੋਰੇ ਪੋਸਟ ਗ੍ਰੈਜੂਏਟ ਅੰਡਰ ਗ੍ਰੈਜੂਏਟ ਮੈਡੀਕਲ ਵਿਦਿਆਰਥੀ ਤੇ ਪਿੰਛਣੀ ਹੋ ਚੁਕੇ ਦੇ ਡਾਕਟਰਾਂ ਤੇ ਨੀਮ ਡਾਕਟਰੀ ਅਮਲੇ ਕੀ ਪਰਤੀਏ ਕਮੇ ਪਰ ਲਾਏ ਜਾਣੇ ਦੀ ਜ਼ਰੂਰਤਾਂ ਪਰ ਬਲ ਦਿੱਤਾ ਤੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਗਿਆਖਿਆ ਜੋ ਚੋਪੜਾ ਨਰਸਿੰਗ ਹੋਮ ਚ ਆਪਣੇ ਕਮਰੇ ਤੇ ਚੈਂਬਰੇ ਕੀ ਪ੍ਰਸ਼ਾਸਨ ਦੇ سپੁਰਦ ਕਰੀ ਦੇਣ ਤਾਂ ਜੋ ਉਹਨੇ ਕੀ ਕੋਵਿਡ ਚੈਂਬਰੇ ਦੇ ਤੌਰ ਉਪਰ ਵਰਤਿਆ ਜਾ ਸਕੈ ਲੈਫਟਨਰ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਭਟਨਾਗਰ ਸਿਹਤ ਮਹਿਕਮੇ ਦੇ ਮਾਲੀ ਕਮਿਸ਼ਨਰ ਅਟਲ ਡੁੱਲੂ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰ ਜੰਮੂ ਦੇ ਡਿਪਟੀ ਕਮਿਸ਼ਨਰ ਅੰਸ਼ੁਲ ਗਰਗ ਤੇ ਸਰਕਾਰੀ ਮੈਡੀਕਲ ਕਾਲਜ ਜੰਮੂ ਦੀਆਂ ਪ੍ਰਿੰਸੀਪਲ ਡਾਕਟਰ ਸ਼ਸ਼ੀ ਸੂਦਨ ਹੋਰ ਨੇ ਵੀ ਬੈਠਕਾਂ ਚ ਸਲਾਹਤਾ ਡਾਕਟਰ ਸਿੰਘ ਹੋਰ ਨੇ ਜੰਮੂ ਕਸ਼ਮੀਰ ਚ ਕੋਵਿਡ ਕਾਰਨ ਬਣੇ ਦੇ ਹਾਲਾਤ ਉੱਪਰ ਕਾਬੂ ਪਾਣੇ ਲਈ ਸਰਬੰਧਿਤ ਮਹਿਕਮੇ ਕੀ مشਵਰੇ ਦਿੱਤੇ ਤੇ ਉਹਨੇ ਕੀ ਕੇਂਦਰ ਸਰਕਾਰ ਦੀ ਤਰਫਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਵਾਇਆ भारतीय रेलवे ने अजें तगर मुल्ख के बख राज्य तक छह हजार दो सौ सठ टन लिक्विड मेडिकल ऑक्सीजन पुजाई दी है रेल मंत्रालय का आखना है कि एक सौ ऑक्सीजन एक्सप्रेस रेलगड की मदद कर इस मात्रा च ऑक्सीजन देसै बख हिस्सें तर पुजाई जा चुकी दी है तो यह प्रक्रिया अजें भी जारी है मंत्रालय मुजब अजें कल आक्सीजन एक्सप्रेस रेलगड्डे अट्ठ सौ टन लिक्विड मेडिकल ऑक्सीजन आक्सीजन पुजाई है मंत्रालय ने दस उत्खंड पहली ऑक्सीजन एक्सप्रेस ਰੇਲ ਗੱਡੀ ਜੰਦੀ ਰਾਤੀ 120 ਟਨ ਆਕਸੀਜਨ ਲਈ ਇਹ ਪੁੱਜੀ ਜਿਹੜੀ ਝਾਰਖੰਡ ਦੇ ਟਾਟਾ ਨਗਰ ਥਮਾ ਇਹ ਆਕਸੀਜਨ ਲਈ ਰਵਾਨਾ ਹੋਈ ਹੀ प्रशासन पास्या कीती गई दी सख्त मेहनत ਤੇ ਯੁੱਧ ਸਤਰਾਂ ਪਰ ਚਲਾਏ ਗਏ ਅਭਿਆਨ ਦੇ ਚਲਦੇ ਸਰਕਾਰੀ ਮੈਡੀਕਲ ਕਾਲਜ ਕੁਟਵਾਜ ਆਕਸੀਜਨ ਪੈਦਾ ਕਰਨ ਵਾਲੇ ਨਵੇਂ ਪਲੈਂਟ ਨੇ apna ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਪਲੈਂਟ ਕੀ ਚਾਲੂ ਕਰਨ ਦੀ ਸਰਬੰਦੀ ਆਜ਼ਮਾਇਸ਼ਤਾ ਕੰਮ ਜੰਦੀ ਰਾਤੀ ਸਬੂਰਾ ਕੀਤਾ ਗਿਆ ਇਸ ਗੈਸ ਪਲੈਂਟ ਦੇ ਨਿਰਮਾਣ ਉਪਰ ਅੰਦਾਜ਼ਨ 8 ਕਰੋੜ ਰੁਪਏ ਦਾ ਖਰਚਾ ਆਇਆ ਹੈ ਤੇ ਇੰਜੀਨੀਅਰਾਂ ਨੇ ਦਿਨ ਰਾਤ ਸਖਤ ਮਿਹਨਤ ਕਰੀਏ ਇਸੀ ਤੌਲੇਸ਼ਤ ਤੌਲੇ ਚਾਲੂ ਕੀਤਾ ਹੈ ਇਸ ਪਲੈਂਟ ਤੇ 750 MLP ਗੈਸ ਉਤਪਾਦਨ ਵਾਲੇ ਤਰੇ ਯੂਨਿਟ ਮੌਜੂਦ ਹਨ ਤੇ ਇਹਦੇ ਚਾਲੂ ਹੋ ਜਾਣੇ ਕਰਨੇ ਕੋਵਿਡ ਥਮਾ ਗ੍ਰਸਤ ਮਰੀਜ਼ਾਂ ਦੀ ਸਭ ਨੇ ਸ਼ਮਤੀ ਰਾਤ ਹੋਗ ਤੇ ਡਾਕਟਰ ਵੀ ਕੀਮਤੀ ਮਨੁੱਖੀ ਜਾਨੇ ਦੀ ਬਚਾਣੇ ਚ ਮਤੇ ਕਾਮਯਾਬ ਹੋਗਨ ਇਸ ਮੌਕੇ ਪਰ ਸਰਬੰਧਿਤ ਇੰਜੀਨੀਅਰਿੰਗ ਦੀ ਟੀਮ ਕਠੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਤੇ GMC ਕਠੂਆ ਦੀਆਂ ਪ੍ਰਿੰਸੀਪਲ ਡਾਕਟਰ ਅੰਜਲੀ ਨਾਦਰ ਭਾਟੋਰ ਵੀ ਉੱਥੇ ਮੌਜੂਦ ਹੀਆਂ ਇਸ ਬਾਰੇ ਪ੍ਰਿੰਸੀਪਲ ਡਾਕਟਰ ਅੰਜਲੀ ਨਾਦਰ ਭਾਟੋ ਨੇ ਗਲਾਇਆ बहुत रैपिडली ये हमारी जो सिविल वर्क्स थे वो पूरे हुए और आज फंक्शनल हो गया हमारा अभी उसके दो यूनिट फंक्शनल हुए हैं एक यूनिट 750 फिफ्टी लीटर्स पर मिनट ऑक्सीजन प्रोड्यूस करता है तो अभी हमारी पाइपलाइन में जो आज से जाना स्टार्ट हुआ है वो 1500 सौ लीटर्स पर मिनट है सो एज ऑफ नाउ हम सौ बेड्स ऑपरेट कर सकते हैं इस ऑक्सीजन से पिछले कुछ दिनों से हमको ऑक्सीजन प्रोक्योर करने के लिए दिन रात लगा रहना पड़ता था तो हमें यही स्ट्रेस रहता था कहीं ऑक्सीजन की सप्लाई कम ना हो जाए सो उससे अब हमको थोड़ी राहत मिलेगी ਕੋਵਿਡ ਦੇ ਮਾਮਲੇ ਦਾ ਪਤਾ ਲਾਣੇ ਸਰਬੰਦੀ ਕੋਵਿਡ ਵੈਰੀਫਿਕੇਸ਼ਨ ਸਰਵੇ ਟੀਮ ਨੇ ਅੱਜ ਦੁਪਹਿਰ ਦਿਨ ਵੀ ਰਾਮਬੰਝ ਘਰ ਘਰ ਜਾ ਕੇ ਮਾਮਲੇ ਦਾ ਪਤਾ ਲਾਣੇ ਤੇ ਉਨਦੀ ਸਿਨਾਖਤ ਕਰਨੇ ਵਾਲਾ ਕੰਮ ਕੀਤਾ ਇਸ ਦਲਚ ਮਕਾਮੀ ਅਧਿਆਪਕ ਗੀ ਬੋਥ ਸਤ ਦਾ ਅਧਿਕਾਰੀ ਨੇ ਉਤ ਕੀਤਾ ਕਿ ਤਗੇਦਾ ਹੈ ਤੇ ਆਸ਼ਾ ਤੇ ਆਂਗਣਵਾੜੀ ਕਾਰਜਕਰਤਾ ਘਰ ਘਰ ਜਾ ਜੀਏ ਨਮੂਨੇ ਦੀ ਜਾਂਚ ਕਰਾ ਕਰ ਦੇਣ ਤੇ ਸੰਤਿਕ ਦੇਣਾ ਪਤਾ ਲਾਇਆ ਜਾਦਾ ਹੈ ਇਹਦਾ ਮਕਸਦ ਕੋਵਿਡ ਦੇ ਮਰੀਜ਼ੇ ਦਾ ਤੌਲੇ ਪਤਾ ਲਾਣਾ ਹੈ ਤਾਂ ਜੋ ਉਨੇ ਕੀ ਬਖ ਨਖੇੜੀ ਰੱਖਿਆ ਜਾ ਮਰੀਜ਼ੇਂ ਕੀ ਮੁਫਤ ਕੋਵਿਡ ਕਿਟਸ ਵੀ ਨੇੜੇ ਦੇ ਹਸਪਤਾਲ ਥੰਮ ਦੀਆਂ ਜਾ ਕਰਦੀਆਂ ਨਾ ਇਹਦੇ ਚ ਕੋਵਿਡ ਦੇ ਉਪਚਾਰ ਲਈ 10 ਦਿਨ ਦੀ ਦਵਾਈ ਮਾਸਕ ਸੈਨੀਟਾਈਜ਼ਰ ਤੇ ਦਸਤਾਨੇ ਵਗੈਰਾ ਸ਼ਾਮਿਲ ਨ ਇਸ ਮੌਕੇ ਪਰ ਸਾਡੇ ਜ਼ਿਲ੍ਹਾ ਸੰਵਾਦ ਆਤਾ ਕਨੇ ਗਲ ਕਰਦੇ ਹੋਈ ਬਹੁਤ ਸੱਤਾ ਦੇ ਅਧਿਕਾਰੀ ਨੇ ਗਲਾਇਆ का सर्वे जो है कोविड के बारे में है लोगों के घर घर जाना है और लोगों को पूछना है कि कोई इनमें सिम्टम्स तो नहीं है कोविड के अगर उनमें कोई सिम्टम्स हैं तो उनको बताना है कि आइसोलेशन में आपने जाना है उनका डाटा जो है लास्ट ईयर फीड किया था अब दोबारा उसको अपलोड करने की कोशिश कर रहे हैं तो जैसे किसी को सिम्टम्स आते हैं तो उसके लिए हमने एक मैसेज है हॉस्पिटल में प्रोवाइड कर देंगे के मास्क वहाँ प्रोवाइड करेंगे और तो साथ में ग्लव्स हैं और थोड़ी मेडिसिन भी है ਇਹ ਹਬਰਤਸ ਆਕਾਸ਼ਵਾਨੀ ਜੰਮੂ ਪ੍ਰਸੂਨਾਗਰ ਦੇਓ सेना प्रमुख जनरल एमएम नरवणे और उत्तरी कमान अध्यक्ष द वाइट नाइट कोर के जीओसी उन ने आज अखनूर नशेरा और राजौरी के अगेतरे इलाके का दौरा किया जनरल नरवणे उन थे तैनात फौज के अफसरों और निररैंक के कर्मी ये जवानों कने गलबत की थी ते पूरी निष्ठा ते तंदई कने नियंत्रण रेखा दी राखी करने ले उन दी बडाई की थी मकराव ने जम्मू च मिलिट्री अस्पताल दा दौरा कीता ते उथे डॉक्टरी तैयारियां दा जायजा लेता उने कोविड-19 महामारी दे दौर च मरीजें की डॉक्टर ते इलाज ਉਪਲਬਧ ਕਰਵਾਉਣ ਲਈ ਉਹਦੀ ਸਿਫਤ ਕੀਤੀ ਤੇ ਆਖਿਆ ਜੇ ਸੇਧ ਕਰਮੀ ਗਿਉਂਦੇ ਕੰਮੇ ਲਈ ਸਨਮਾਨਿਤ ਕੀਤਾ ਜਾਗ ਸੰਵਾਦੇ ਨਾੜ ਇਲਾਕੇ ਚ ਗ੍ਰੇਨੇਡਮਲਾ ਉਹਨੇ ਦੀ ਖਬਰ ਹੈ ਉਹ ਇਸ ਅਮਲੇ ਚ ਕੁਸੇ ਦੇ ਕਾਲੋ ਨੇ ਦੀ ਕੋਈ ਖਬਰ ਨਹੀਂ ਹੈ ਪੁਲਸ ਦਾ ਗਲਾਨਾ ਜੇ ਇੱਕ ਗ੍ਰੇਨੇਡਮਲਾ सांबा मानसर सड़क पर नड्डर नाके कश हुआ मगरा अलर्ट जारी कर करा गया तलाशी दौरान नाके को किश छिंडे पर स्थित नाले थ ग्रड् छरे बरामद किए गए इं बजोर है जमला पुलसा पर किया गया मौके आी थार टीम पुजी गई है जांच की जा कर राजौरी जिले रजौरी जिथे एक बखी कोरोना के नये मामले च दिनों दिन दर्ज किया जा रहा है उतेंगे खरी मती च लोग इस लागे हराइय नरोए भी हो जिला मजिस्ट्रेट राजेश कुमार शवन हो अ चौंठ कोरोना कसरें नरोए होने पर अपने अपने घरें जिले के चुहत्तर इलाकें माइक्रो कंटेनमेंट जोन च तब्दील कर दिता डी सी दस एल उ उ दो हजार सत सौ मते सक्रिय मामले न जिला संवाददाता गल करते हुए उन्हें दस दिया सेवेंटी फोर हमारे कंटेनमेंट जोन जो है वो डिक्लेयर किए गए हैं कंटेनमेंट जो जोन है इसके अंदर जो भी प्रोटोकॉल रहता है उसको सख्ती से इम्प्लीमेंट किया जा रहा है और इसके अलावा कोविड केयर सेंटर्स और ट्रायल सेंटर जो भी एक्टिवेट किए गए हैं कल से ही डोर टू डोर सर्वे जो है पूरे जिले के अंदर की जा रही है ताकि जो सिम्टोमेटिक लोग हैं उनको आइसोलेट किया जाए और उनको मेडिकल कंसल्टेशन के लिए ट्रायल सेंटर और कोविड केयर सेंटर तक लाया जाए ਸੰਯੁਕਤ ਰਾਸ਼ਟਰ ਨੇ ਆਖਿਆ ਜੇ ਭਾਰਤ 2022 ਤੱਕ ਦੁਨੀਆ ਦੀ ਸਭ ਨੇ ਸ਼ਾ ਤੇਜ਼ੀਆ ਕੰਨੇ ਬਰੋਸ ਕਰਾ ਦੀ ਵੱਡੀ ਅਰਥਵਿਵਸਥਾ ਬਣੀ ਜਾਗ ਵਿਸ਼ਵ ਆਰਥਿਕ ਸਥਿਤੀ ਤੇ ਅੰਦਾਜ਼ੇ ਬਾਰੇ ਬਰੇ ਦੇ ਮਜਾ ਟਿਆਲੀ ਆਪਣੀ ਰਿਪੋਰਟ ਚ ਸੰਯੁਕਤ ਰਾਸ਼ਟਰ ਨੇ ਇਹ ਅੰਦਾਜ਼ਾ ਜਤਾਇਆ ਹੈ ਕਿ 2022 ਦੌਰਾਨ ਭਾਰਤ ਦੀ ਵਿਕਾਸ ਦਰ ਵਧੀਏ 10.1% ਦੇ ਅੰਕੜੇ ਤੱਕ ਪੁੱਜੀ ਜਾਗ ਰਿਪੋਰਟ ਚ 2022 ਦੌਰਾਨ ਚੀਨ ਦੀ ਵਿਕਾਸ ਦਰ पंज अशारिया प्रतिशत रोने की मदद जताई गई है जड़ी जे दो हजार इक् च अट्ठ शारिया दोतिशत थ घटिए पंज अशारिया प्रतिशत हो रिपोर्ट च इबी गया है जो हजार इक के दौरान भारत तो सत्त अशारिया पंज प्रतिशत की विकास दर हासिल करी बझाटे इस रिपोर्ट राए संयुक्त राष्ट्र पास जनवरी महीने विकास दर बारे जताए गए भारत की विकास दर संबंधी अपने अंदाजें नजरसानी की अंतर्राष्ट्रीय नर्स दिवस है नर्सें सम्मान च हर बरे 12 मई की नर्स दिवस मनाया जाता है ये आधुनिक नर्सिंग दी संस्थापक फ्लोरेंस नाइटिंगेल हंरी जयंती भी है इस बरे अंतर्राष्ट्रीय नर्स दिवस का विशेष सार है a voice to lead a vision for future healthcare pradhanmantri narendra modi ore is mauke par covid mahamari kanne ladai di pehli pankti ch khadoyiye bhumika anivardiye nurse da aabhar vyakt kita unne aakha je sehatmand par ddesha ch nurse da kartavya daya de pratibaddhata sarane yog hai ਕਸ਼ਮੀਰ ਕਾਟੇ ਗਈ ਸ਼ਿਰਕਸਤਿਆ ਮੁਲਖਾਦੇਵ ਨੇਸ ਸਿੰਗਨ ਨੇ ਜੋੜਨ ਵਾਲੀ ਜੰਮੂ ਸ਼ਿਨੀਗਰ ਰਾਸ਼ਟਰੀ ਜਨਰਲ ਸ਼ਿਰਕਾ ਪਰ ਅੱਜ ਗੱਡੀਆਂ ਦੀ ਆਉ ਜਾਈ ਬੰਦ ਰਹੀ ਟ੍ਰੈਫਿਕ ਪੁਲਸਾ ਦੇ ਇੱਕ ਅਧਿਕਾਰੀ ਮੁਜਬ ਹਰ ਹਫਤੇ ਬੁੱਧਵਾਰੇ ਜੰਮੂ ਸ਼ਿਨੀਗਰ ਰਾਸ਼ਟਰੀ ਜਨਰਲ ਸ਼ਿਰਕਾ ਪਰ ਰੱਖ ਰਖਾਵ ਤੇ ਬਰੰਮਤੀ ਆਲੇ ਲੋਟ ਤੇ ਕੰਮੇਗੀ ਤੋੜ ਚਾੜਿਆ ਜਾਂਦਾ ਹੈ ਤੇ ਇਹਦੇ ਚੱਲਦੇ ਅੱਜ ਚਰਨੈਲੀ ਸ਼ਰਕਾ ਪਰ ਗੱਡੀਆਂ ਦੀ ਆਵਾਜਾਈ ਕੀ ਬੰਦ ਰੱਖਿਆ ਗਿਆ ਤੋ 86 ਕਿਲੋਮੀਟਰ ਲੰਮੀ ਇਤਿਹਾਸਿਕ ਮੁਗਲ ਰੋਡ ਵੀ ਪਿਛਲੇ ਬਰੇ ਦਸੰਬਰ ਮਹੀਨੇ ਥਮ ਗਏ ਭਾਰੀ ਬਰਫਬਾਰੀ ਦੇ ਚਲਦੇ ਬੰਦ ਪੇ ਦੀ ਹੈ ਉਹ ਮੁਗਲ ਰੋਡ ਪਰਾ ਜੰਦੇਮੀ ਨੇ ਬਰਫ ਢਾਣੇ ਦਾ ਕੰਮ ਸੁਪੂਰਾ ਕਰ ਲਿਆ ਤਾਂ ਕਿਹਾ ਤੇ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਭਾਰਤ ਚ ਕੋਰੋਨਾ ਦੇ ਸਕਰੀਅ ਮਾਮਲੇ ਚ ਕਮੀ ਦਰਜ ਕੀਤੀ ਜਾ ਰਹੀ ਹੈ ਮੁਲਖਾ ਚ ਕੋਰੋਨਾ ਸੋਂ ਬਚਾਅ ਲਈ ਅਜੇ ਤੋੜੀ 17 ਕਰੋੜ 52 ਲੱਖ ਕੋਲਾ ਮਤੇ ਟੀਕੇ ਲਾਏ ਜਾ ਚੁੱਕੇ ਨੇ ਸਰਕਾਰੀ ਮੈਡੀਕਲ ਕਾਲਜ ਕਠੂਆ ਚ ਨਵੇਂ ਬਣਾਏ ਗਏ ਦੇ ਆਕਸੀਜਨ ਪਲਾਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਹੋਰੇ ਜੰਮੂ ਕਸ਼ਮੀਰ ਚ ਕੋਰੋਨਾ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਲਈ ਅੱਜ ਇੱਕ ਉੱਚੀ ਸਤਰ ਦੀ ਬੈਠਕ ਸੱਦੀ ਤੇ ਸੈਨਾ ਪ੍ਰਮੁਖ ਜਨਰਲ ਐਮ ਐਮ ਨਰਵਨੇ ਹੋਰੇ ਜੰਮੂ ਕਸ਼ਮੀਰ ਚ ਮੌਜੂਦਾ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਤਾ ਇਹਦੇ ਕਨੇਗੇ ਖਬਰੇ ਦਾ ਬੁਲੇਟਿਨ ਸਮਾਪਤ ਹੋਆ